ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਹਾਂਜੀ ਸਰ, ਦੱਸੋ ਸਾਰੇ ਕੀ ਕਰਨਾ ਹੋਈ। ਸਰ ਜੀ, ਮੈਂ ਆਪਦਾ ਬਾਹਰ ਖੋਲਿਆ, ਗੇਟ ਖੋਲਿਆ ਜੀ, ਤਿੰਨ ਮੋਟਰਸਾਈਕਲਾਂ 'ਤੇ 7-8 ਨੌਜਵਾਨ ਸਵਾਰ ਸੀ। ਉਹਦੇ ਵਿੱਚੋਂ ਇੱਕ ਸਾਡੇ ਪਿੰਡ ਦਾ ਲਾਪੀ ਸੀਗਾ ਜੀ, ਇੱਕ ਮਾਂ ਨੂੰ ਕਹਿੰਦਾ ਸੀਗਾ ਜੀ ਮੰਨਾ ਜੀ, ਅਤੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ। ਸਾਰਿਆਂ ਕੋਲ ਪੈਸਟਲ ਰਿਵਾਲਵਰ ਸੀਗਾ। ਹਾਂਜੀ ਸਰ, ਦੱਸੋ ਸਾਰੀ ਕੀ ਘਟਨਾ ਹੋਈ। ਸਰ ਜੀ, ਮੈਂ ਆਪਦਾ ਬਾਹਰ ਖੋਲਿਆ, ਗੇਟ ਖੋਲਿਆ ਜੀ, ਤਿੰਨ ਮੋਟਰਸਾਈਕਲਾਂ 'ਤੇ 7-8 ਨੌਜਵਾਨ ਸਵਾਰ ਸੀਗੇ ਜੀ। ਉਹਦੇ ਵਿੱਚੋਂ ਇੱਕ ਸਾਡੇ ਪਿੰਡ ਦਾ ਲਾਪਰੀ ਸੀਗਾ ਜੀ, ਇੱਕ ਮਾਂ ਨੂੰ ਕਹਿੰਦਾ ਸੀਗਾ ਜੀ ਮੰਨਾ ਜੀ, ਅਤੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ। ਸਾਰਿਆਂ ਕੋਲ ਪੈਸਟਲ ਰਿਵਾਲਵਰ ਸੀਗੇ ਜੀ। ਕਿੰਨੇ ਵਜੇ ਦੀ ਘਟਨਾ ਹੈ? ਇਹ 5:30 ਵਜੇ ਦੀ ਹੈ। ਕੀ ਵਜ੍ਹਾ ਰਹਿੰਦੇ ਸੀ ਤੁਹਾਡੇ, ਕੀ ਦੁਸ਼ਮਣੀ ਉਹਨਾਂ ਨਾਲ? ਉਹਨਾਂ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਜੀ ਆਪਣੀ। ਪਹਿਲਾਂ ਅੱਜ 7-8 ਮਹੀਨੇ ਪਹਿਲਾਂ ਹੀ ਚਾਚੇ ਦੇ ਮੁੰਡੇ ਦੇ ਨਾਲ ਇਹਨਾਂ ਦੇ ਹੋਈ ਸੀ ਹੱਥਾਂ ਪਾਈ ਜੀ। ਉਦੋਂ ਇਹ ਕੋਈ ਕੁੱਤੇ ਕੰਮ ਨਹੀਂ ਕਰਦਾ ਜੀ, ਉਦੋਂ ਸਹੀ ਸੀਗਾ ਜੀ। ਉਦੋਂ ਇਹਨੂੰ ਮੈਂ ਕਿਹਾ ਸੀ, ਅਤੇ ਉਦੋਂ ਬਾਅਦ ਤਾਂ ਕੋਈ ਰੌਲਾ ਨਹੀਂ। ਹੁਣ ਇਹ 3 ਮਹੀਨਿਆਂ ਤੋਂ ਭਗੌੜਾ ਫਿਰਦਾ ਜੀ, ਇਹਨੇ ਕਈ ਥਾਂ 'ਤੇ ਫਾਇਰਿੰਗ ਕਰਤੀ। ਕੌਣ ਭਗੌੜਾ? ਲਵਪ੍ਰੀਤ ਸਿੰਘ ਜੀ। ਇਸ ਤੋਂ ਪਹਿਲਾਂ ਤੁਹਾਡੇ 'ਤੇ ਕਿਤੇ ਹਮਲਾ ਹੋਇਆ? ਨਹੀਂ ਜੀ, ਇਸ ਤੋਂ ਪਹਿਲਾਂ ਕਚਹਿਰੀਆਂ ਦੇ ਵਿੱਚ ਮਾਰਨ ਆ ਗਏ ਸੀਗੇ ਜੀ। ਹਾਂਜੀ, ਕੌਣ ਸੀ ਉਦੋਂ? ਉਦੋਂ ਵੀ ਮਾਣੂ ਕਹਿਣ ਤੋਂ ਮੰਨਾ ਸੀਗਾ ਜੀ, ਅਤੇ ਹੋਰ ਕਈ ਨਾਲ ਸੀਗੇ ਜੀ, ਉਹਨਾਂ ਨੂੰ ਪਤਾ ਨਹੀਂ ਹੈ ਜੀ। ਤੁਹਾਡੇ 'ਤੇ ਵੀ ਕੋਈ ਮਾਮਲੇ ਦਰਜ ਹੈਗੇ? ਹਾਂਜੀ। ਕਾਹਦਾ ਮਾਮਲਾ ਦਰਜ ਹੈ? ਸਾਡੇ 'ਤੇ ਇੱਕ ਸ਼ਰਾਬ ਦਾ ਜੀ, ਅਤੇ ਲੜਾਈ ਝਗੜਿਆਂ ਦੇ। ਇੱਕ ਲੜਾਈ ਝਗੜਿਆ ਜਿਹੜਾ ਮਾਮਲਾ ਹੈਗਾ ਵਾ, ਕਿਹਦੇ ਨਾਲ ਮਾਰਕੁੱਟ ਤੁਹਾਡੀ ਹੋਈ ਸੀ, ਜਿਹੜਾ ਮਾਮਲਾ ਦਰਜ ਹੋਇਆ ਤੁਹਾਡੇ 'ਤੇ? ਉਹ ਜੀ ਸਮਾਲਸਰ ਤੋਂ ਜੀ, ਅੰਗਰੇਜ਼ ਸਿੰਘ ਬਿੱਲੀ, ਉਹਨਾਂ ਦੇ ਨਾਲ ਆਈ। ਕੀ ਲੱਗਦਾ ਤੁਹਾਨੂੰ ਵੀ ਉਹਨਾਂ ਨੇ ਵੀ ਤੁਹਾਡੇ ਕੋਲ ਕੋਈ ਰੰਜਿਸ਼ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ? ਨਹੀਂ ਜੀ, ਉਹਨਾਂ ਨਾਲ ਰਾਜ਼ੀਨਾਮਾ ਹੋਇਆ, ਉਹਨਾਂ ਨਾਲ ਕੋਈ ਚੱਕਰ ਨਹੀਂ। ਅਤੇ ਹੁਣ ਕੀ ਸਮਝਦੇ ਹੋ ਤੁਸੀਂ, ਜਿਹੜਾ ਤੁਹਾਡੇ 'ਤੇ ਹਮਲਾ ਦੂਜੇ ਹੀ ਹੋਇਆ, ਕਿਹਦੇ ਵੱਲੋਂ ਕੀਤਾ ਗਿਆ? ਇਹ ਜੀ, ਇੱਕ ਤਾਂ ਮੰਨਾ ਜੀ ਮਾਣੂ ਕਹਿੰਦੇ ਜੀ, ਇੱਕ ਲਵਪ੍ਰੀਤ ਸਿੰਘ ਜੀ ਪਿੰਡ ਮਾੜੀ ਮੁਸਤਫਾ ਤੋਂ ਜੀ, ਅਤੇ ਦੂਜਿਆਂ ਦਾ ਮੈਂ ਨਾਂ ਨਹੀਂ ਜਾਣਦਾ ਜੀ। ਤੁਹਾਡੇ ਨਾਲ ਦੁਸ਼ਮਣੀ ਫਿਰ ਕੀ ਹੈ ਇਹਨਾਂ ਦੀ? ਸਮਝੋ ਕਿਸ ਵਾਰ ਆ ਜੀ, ਮੈਂ ਤਾਂ 1 ਸਾਲ ਹੋ ਗਿਆ ਜੀ ਮੈਰਿਜ ਹੋਈ ਨੂੰ, ਉਸ ਤੋਂ ਬਾਅਦ ਮੈਂ ਤਾਂ ਕਿਤੇ ਬਾਹਰ ਕਿਤੇ ਗਿਆ ਹੀ ਨਹੀਂ ਗਿਆ ਜੀ। ਦੋ ਪੇਸ਼ੈਂਟ ਆਏ ਸੀਗੇ, ਪੇਸ਼ੈਂਟ ਦੇ ਦੱਸਣ ਮੁਤਾਬਕ ਲੜਾਈ ਹੋਈ ਸੀਗੀ ਪੇਸ਼ੈਂਟ ਦੇ, ਉਹ ਥੋੜ੍ਹਾ ਨਾਜ਼ੁਕ ਹਾਲਤ ਦੇ ਵਿੱਚ ਸੀਗੇ, ਅਤੇ ਉਹ ਪੇਸ਼ੈਂਟ ਫਸਟ ਏਡ ਇੱਥੇ ਦੇ ਕੇ ਉਹਨਾਂ ਨੂੰ ਥੋੜ੍ਹਾ ਸਟੇਬਲ ਕਰਕੇ ਪੇਸ਼ੈਂਟ ਨੂੰ ਸ਼ਿਫਟ ਕਰਤਾ ਫਰੀਦਕੋਟ ਮੈਡੀਕਲ ਕਾਲਜ। ਪੇਸ਼ੈਂਟ ਮਾੜੀ ਮੁਸਤਫਾ ਦੇ ਸੀਗੇ। ਕੀ ਨਾਂ? ਕਿੰਨੀ ਉਮਰ ਸੀ? ਇੱਕ ਬੇਅੰਤ ਸਿੰਘ ਸੀਗਾ ਪੇਸ਼ੈਂਟ, ਉਹ 25 ਈਅਰਸ ਓਲਡ ਸੀਗਾ, ਅਤੇ ਇੱਕ ਫੀਮੇਲ ਸੀਗੀ ਨਾਲ। ਸੱਟਾਂ ਕੁਝ ਜ਼ਿਆਦਾ ਸੀ? ਕਿੱਥੇ ਸੱਟਾਂ ਸੀਗੀਆਂ ਉਹਨਾਂ ਦੇ? ਗੰਭੀਰ ਸੱਟਾਂ ਵੱਜੀਆਂ ਸੀਗੀਆਂ, ਅਨਸਟੇਬਲ ਹੀ ਸੀ, ਗੰਭੀਰ ਹਾਲਤ ਦੇ ਵਿੱਚ, ਇਸ ਕਰਕੇ ਉਹਨਾਂ ਨੂੰ ਰੈਫਰ ਕਰਨਾ ਪਿਆ ਫਰੀਦਕੋਟ ਮੈਡੀਕਲ ਕਾਲਜ। Please subscribe our channel for more updates. You can follow us Twitter and Facebook. ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 400 6 7000।